ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਕਰਨ ਲੱਗੇ ਆ ਮੂਵੀ ਤੇ ਆਪਾਂ ਥੋੜਾ ਜਿਹਾ ਸਮਾਨ ਛੱਡਿਆਂ ਦਾ ਦੋ ਵਾਰੀ ਤੇ ਬਾਕੀ ਦਾ ਸਮਾਨ ਹੁਣ ਆਪਾਂ ਅੱਜ ਲੈ ਕੇ ਜਾਂਦੇ ਹਾਂ ਕੁਛ ਕੁ ਸਮਾਨ ਹਜੇ ਵੀ ਰਹਿ ਜੂਗਾ ਤੇ ਫਿਰ ਜਿਨ੍ਹਾਂ ਚ ਜਾਂਦਾ ਉਹਨਾਂ ਨੂੰ ਛੱਡ ਆਵਾਂਗੇ ਸਾਨੂੰ ਆਏ ਅਸੀਂ ਅੱਜ ਕਰ ਲਈਏ ਤੇ ਫਿਰ ਕੱਲ੍ਹ ਨੂੰ ਸ਼ਾਇਦ ਅਸੀਂ ਪੱਕੀ ਮੂਵ ਹੋ ਜਾਈਏ ਮੇਨ ਚੱਕਰ ਸਿਰਫ ਸਾਡੇ ਮੈਟਰਸ ਦਾ ਵਾ ਬਾਕੀ ਤਾਂ ਸਾਰਾ ਕੁਝ ਕਾਰ ਦੇ ਵਿੱਚ ਆ ਜਾਣਾ ਹੈ ਮੈਟਰਸ ਵੀ ਕਾਰ ਦੇ ਵਿੱਚ ਆ ਗਿਆ ਫਿਰ ਬੜਾ ਵਧੀਆ ਅੱਜ ਅਸੀਂ ਕਿਚਨ ਵੀ ਕਾਫੀ ਖਾਲੀ ਕਰ ਦੇਣੀ ਆ ਜੇ ਮੈਟਰਸ ਨਹੀਂ ਵੀ ਆਊਗਾ ਆਪਣੇ ਕੋਲ ਛੋਟਾ ਹੈਗਾ ਇੱਕ ਉੱਥੇ ਹੈਗਾ ਫਿਰ ਉਹ ਬਾਕੀ ਦਾ ਬਾਅਦ ਚੋਂ ਮੂਵ ਹੋ ਜਾਊਗਾ ਤੇ ਜਿੱਦਾਂ ਦਿਖਾਈ ਤੁਹਾਨੂੰ ਆਪਣੀਆਂ ਕਿਚਨ ਕੈਬਨਟ ਜੀਆਂ ਨੇ ਜਿਹੜੀਆਂ ਇਹ ਜੇ ਥੋੜਾ ਬਹੁਤਾ ਲੋਡ ਦਾ ਸਮਾਨ ਹੀ ਪਿਆ ਵਾ ਆਪਾਂ ਸਾਰੀਆਂ ਖਾਲੀ ਕਰਦੇ ਆ ਹਲੇ ਵੀ ਪਿਆ ਐ ਤਾਂ ਸਮਾਨ ਬਟ ਅੱਜ ਅਸੀਂ ਜਿੰਨਾ ਵੀ ਹੋਇਆ ਇੱਕ ਇੱਕ ਦੋ ਦੋ ਚੀਜ਼ਾਂ ਛੱਡ ਕੇ ਬਾਕੀ ਸਾਰਾ ਮੂਵ ਕਰ ਦੇਣਾ ਮੈਂ ਕੋ ਨੂੰ ਬੜਾ ਚੰਗੀ ਤਰੀਕੇ ਨਾਲ ਪੈਕ ਕਰ ਲਿਆ ਐਵੇਂ ਨਾ ਕੱਟ ਦੇ ਭਾਂਡੇ ਜਿਵੇਂ ਮੈਂ ਕਿਹਾ ਵੀ ਮੇਰਾ ਕੋਈ ਐਕਸਪੀਰੀਅੰਸ ਨਹੀਂ ਇਸ ਕਰਕੇ ਮੈਨੂੰ ਡਰ ਲੱਗਦਾਗਾ ਮੈਂ ਇੱਕ ਦੋ ਵਾਰੀ ਨਾ ਗਲਾਸ ਗਲੂਸ ਜਾਂ ਗਲਾਸ ਨਹੀਂ ਮਤਲਬ ਕਿ ਕੱਪ ਲੈ ਕੇ ਆਈ ਸੀਗੀ ਮੇਲੇ ਤੋਂ ਸਾਡੇ ਨਾ ਸਕੂਲ ਦੇ ਵਿੱਚ ਜਦੋਂ ਫੇਅਰਵੈਲ ਸੀਗੀ ਤੇ ਉਦੋਂ ਕੱਪ ਦਿੱਤੇ ਸੀਗੇ ਜਦੋਂ ਅਸੀਂ ਜਿਵੇਂ ਕਹਿ ਲਓ ਕਿ ਪਲੱਸ 1 ਚ ਸੀਗੇ ਤੇ ਪਲੱਸ 2 ਵਾਲਿਆਂ ਨੂੰ ਗਿਫਟ ਦਿੰਦੇ ਹੁੰਦੇ ਸੀਗੇ ਤੇ ਅਸੀਂ ਉਦੋਂ ਮੁਕਸਰ ਮੇਲੇ ਤੋਂ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਐਂ ਨਿਊਜ਼ਪੇਪਰਾਂ 'ਚ ਪੈਕ ਕਰਦੇ ਸੀਗੇ ਤੇ ਮੈਂ ਕਿਹਾ ਸੀਗਾ ਕਿ ਇਹ ਸੇਫ ਰਹਿ ਜੂਗੇ ਉਹ ਕਹਿੰਦੇ ਸੀ ਹਾਂ ਵੀ ਕਿਤੇ ਨਹੀਂ ਜਾਂਦੇ ਹੈਗੇ ਬਸ ਤੇਰੀ ਉਹ ਕੋਰ ਮੈਮਰੀ ਬਣ ਗਈ ਹੈ ਨਾ ਤੇਰੀ ਜ਼ਿੰਦਗੀ ਦਾ ਸੂਰ ਬਣ ਗਿਆ ਵੀ ਹੈ ਨਾ ਪੱਕਾ ਦ੍ਰਿੜ ਵਿਸ਼ਵਾਸ ਹੋ ਗਿਆ ਤੈਨੂੰ ਵੀ ਐਂ ਕਰਨਾ ਨਹੀਂ ਟੁੱਟਦੇ ਹੈਗੇ ਹਾਂ ਮੇਰੇ ਨਿਊਜ਼ਪੇਪਰਾਂ ਦੇ ਪੂਰਾ ਵਿਸ਼ਵਾਸ ਆ ਗਿਆ ਵੀ ਇਹ ਤੋਂ ਖਾਲੀ ਗਿਰਨਗੇ ਮਾਸੀ ਭਾਈ ਰੱਬ ਦੇ ਹੱਥ ਆ ਜਿਵੇਂ ਇੱਕ ਦਿਨ ਹੁਣ ਮੈਂ ਇੱਕ ਪਲੇਟ ਇਹਦੇ ਤੇ ਰੱਖ ਕੇ ਤੋੜਤੀ ਸੀ ਜੇ ਟੁੱਟਣੀ ਆ ਹਾਂ ਉਹੀ ਆ ਉਹ ਤਾਂ ਪਤਾ ਹੀ ਨਹੀਂ ਲੱਗਣਾ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਭਾਂਡਿਆਂ ਦਾ ਨੁਕਸਾਨ ਹੋਵੇ ਬੰਦਾ ਸਮਾਨ ਲੈ ਤਾਂ ਲੈਂਦਾ ਬਾਹਰੋਂ ਨਿਕਲੀ ਨਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਹੀ ਸਮਾਨ ਹੋਣਾ ਪਰ ਪਤਾ ਨਹੀਂ ਕੀ ਬੇਚਣ ਦਾ ਡੱਬਾ ਸੋਚਦਾ ਵੀ ਨਹੀਂ ਹੈਗਾ ਬੰਦਾ ਕਿੱਥੋਂ ਕਿੱਥੋਂ ਸਮਾਨ ਨਿਕਲੀ ਜਾਂਦਾ ਸਰਦਾ ਵੀ ਨਹੀਂ ਕੀ ਕੀਤਾ ਜਾਵੇ ਭਾਵੇਂ ਉਹ ਸਮਾਨ ਵੀ ਨਾ ਸਰਦਾ ਵੀ ਨਹੀਂ ਚਾਹੀਦਾ ਵੀ ਆ ਗੱਲ ਤਾਂ ਇਹ ਆ ਵੀ ਮੂਵਿੰਗ ਨਹੀਂ ਜ਼ਿਆਦਾ ਕਰਨੀ ਚਾਹੀਦੀ ਜਿਹੜਾ ਬਾਕੀ ਸੀਗਾ ਇਹਦਾ ਸਾਰਾ ਅਸੀਂ ਇੱਕ ਵੱਡੇ ਡੱਬੇ ਚ ਆ ਗਿਆ ਦਾ ਸਮਾਨ ਇਹ ਜਾ ਕੇ ਜਾਂ ਚਾਇਆ ਨਹੀਂ ਹੈਗਾ ਇਸ ਲਈ ਨੂੰ ਇਹਦੇ ਵਿੱਚ ਪਾ ਦਿੰਨੇ ਆ ਵਾਲਾ ਡੱਬਾ ਪੈਕ ਕਰਕੇ ਜਿਵੇਂ ਕਹਿੰਦੇ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਪਤਾ ਕਿਉਂ ਇਹਦੇ ਵਿੱਚ ਕੁਝ ਕੱਚ ਦੀਆਂ ਬੋਤਲਾਂ ਨੇ ਕੁਝ ਪਲਾਸਟਿਕ ਦੀਆਂ ਬੋਤਲਾਂ ਨੇ ਮੈਂ ਇਸ ਤਰੀਕੇ ਨਾਲ ਰੱਖੀਆਂ ਨੇ ਵੀ ਕੱਚ ਦੀ ਬੋਤਲ ਪਲਾਸਟਿਕ ਦੀ ਬੋਤਲ ਨਾਲ ਟਕਰਾਉਗੀ ਪਹਿਲਾਂ ਤੋਂ ਕੱਚ ਦੀਆਂ ਬੋਤਲਾਂ ਵਿਚਾਲੇ ਪਲਾਸਟਿਕ ਦੀ ਫਿਰ ਵਿਚਾਲੇ ਕੱਚ ਦੀ ਫਿਰ ਤੋਂ ਪਲਾਸਟਿਕ ਦੀਆਂ ਫਿਰ ਇਹਦਾ ਪਲਾਸਟਿਕ ਦੀ ਇੱਧਰ ਤੋਂ ਕੱਚ ਦੀਆਂ ਇਸ ਤਰੀਕੇ ਨਾਲ ਮੈਂ ਸਾਰੀਆਂ ਜਿਹੜੀਆਂ ਸਾਰੀਆਂ ਬੋਤਲਾਂ ਸੀ ਉਹ ਪੈ ਗਈਆਂ ਤਾਂ ਨਹੀਂ ਪਾਈ ਹੈਗੀ ਲੰਬੀ ਵਾਲੀ ਜ਼ਿਆਦਾ ਸੀਗੀ ਤੇ ਹੁਣ ਇਹਦੇ ਵਿੱਚ ਜਿਹੜੇ ਪੈਕ ਦੀਆਂ ਪਏ ਨੇ ਇਹ ਵੀ ਸੁੱਟ ਦਿੰਦੇ ਆ ਤੇ ਇਹਨੂੰ ਕਰ ਦਿੰਦੇ ਆ ਆਪਾਂ ਪੈਕ ਆ ਬੈਗ ਸੀਗਾ ਇੱਕ ਮੈਂ ਕਿਹਾ ਮੈਨੂੰ ਕਹਿੰਦੀ ਪਤਾ ਨਹੀਂ ਕੀ ਗੱਲ ਹੋਈ ਸਾਡਾ ਕੰਪੀਟੀਸ਼ਨ ਜਿਹਾ ਲੱਗ ਗਿਆ ਸੀ ਕਹਿੰਦੀ ਮੈਂ ਹੀ ਚੱਕੂੰਗੀ ਐ ਗੱਲ ਨਹੀਂ ਹੋਈ ਤੇ ਸੀਗਾ ਕਿ ਇੰਨਾ ਭੱਜਦਾ ਹੁਣ ਚੱਕੀਏ ਇਹਨੂੰ ਵੀ ਨਾ ਚੱਕੂੰਗੀ ਇਹ ਕਹਿੰਦੀ ਮੈਂ ਹੀ ਚੱਕੂੰਗੀ ਹੁਣ ਕਿੰਨੀ ਦੇਰ ਹੋ ਗਈ ਇਹ ਦੇ ਗਾਲਾਂ ਦਾ ਝੂਠ ਬੋਲ ਰਹੇ ਹੋ ਤੁਸੀਂ ਆਹ ਕੱਦੀ ਤਾਂ ਉਰੇ ਖੜੀ ਆ ਨਹੀਂ ਉਹ ਵੀ ਤੇ ਟਾਇਰ ਲੱਗੇ ਹੋਏ ਨੇ ਉਹ ਤੋੜਨਾ ਸੀ ਰੋਡ ਤੇ ਹਾਂ ਇਹ ਕੀ ਕੰਮ ਦਾ ਹੈ ਹੈ ਨਹੀਂ ਕਿ ਕੰਮ ਦਾ ਹੈ ਭਾਈ ਟਾਇਰ ਨਹੀਂ ਰੋਟਾ ਦੇ ਵੈਸੇ ਵੈਦਰ ਸੋਹਣਾ ਅੱਜ ਪਰ ਹਵਾ ਚੱਲਦੀ ਆ ਆ ਗਿਆ ਆ ਗਿਆ ਧੁੱਪ ਨਿਕਲੀ ਆ ਮੈਂ ਹੁਣ ਲੈ ਜਾ ਕਿਉਂ ਗੱਡੀ 'ਚ ਰੱਖ ਬਹੁਤ ਗਰਮੀ ਆ ਭਾਈ ਚੰਗਾ ਸ਼ਾਮ ਨੂੰ ਚੜਾ ਤਾਂ ਬਹੁਤ ਡਰ ਲੱਗਦਾ ਸ਼ਾਬਾਸ਼ ਹੈ ਬਾਲੀ ਤਕੜੀ ਆ ਯਾਰ ਬੱਲੇ ਪੰਪ ਸ਼ਕਾ ਸ਼ਕਾ ਕੇ ਮੇਰੇ ਨੂੰ ਸਰਵਾਈਵ ਕਰਵਾ ਦੇਣਾ ਮੈਂ ਤਾਂ ਕਿਹਾ ਨਹੀਂ ਸੀ ਤੂੰ ਹੀ ਕਹਿੰਦੀ ਸੀ ਨਹੀਂ ਮੈਂ ਗਿਆ ਸੀਗਾ ਬਸ ਜੇ ਗਿਆ ਮੈਂ ਚੱਕਾ ਸਿੰਪਲ ਐਸ ਦੈਟ ਇੱਧਰ ਲਿਆ ਤਾਂ ਟਾਇਰ ਲੱਗੇ ਨੇ ਪਰ ਤੈਨੂੰ ਉੱਧਰ ਲੈ ਕੇ ਜਾਣਾ ਔਖਾ ਕਿਵੇਂ ਐ ਸਕੀਮ ਭਾਈ ਆ ਸਕੀਮ ਚਲੋ ਚਲੋ ਕੰਦਾ ਜੀ ਮੱਜਦੀ ਫਿਰਦੀ ਹੈ ਹੈ ਚੱਕ 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 ਚੱਲ 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 ਸ਼ਾਬਾਸ਼ ਬਹੁਤ ਅੱਛੇ ਕੌਣ ਕਹਿੰਦਾ ਯਾਰ ਕੁੜੀਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਨੇ ਕੌਣ ਕਹਿੰਦਾ ਕੁੜੀਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਨੇ ਅੱਜ ਸਾਡੀਆਂ ਡਿਊਟੀਆਂ ਚੇਂਜ ਹੋ ਜਾਣੀਆਂ ਨੇ ਮੈਂ ਕਰੂੰਗਾ ਗੱਡੀ ਦੇ ਵਿੱਚ ਸੈਟਿੰਗ ਇਹ ਸਮਾਨ ਥੱਲੇ ਚੱਕ ਕੇ ਲਿਆ ਸਾਰਾ ਆਪਾਂ ਤਾਂ ਭਾਈ ਕਹਿੰਦੇ ਨਹੀਂ
भारी बॉक्स जिहा ले आए पर बड़ा रिस्की आ टुटिया होया ਤੇ ਹੁਣ ਅਸੀਂ ਜਿੰਨਾ ਖੋ ਸਕਿਆ ਸਾ ਤੋਂ ਅਸੀਂ ਵਧੀਆ ਤਰੀਕੇ ਨਾਲ ਟਿਕਾ ਕੇ ਫ੍ਰਿਜ ਦੇ ਵਿੱਚ ਵੀ ਜਿਹੜਾ ਸਮਾਨ ਰੱਖਣ ਵਾਲਾ ਹੋਇਆ ਕੈਬਨਟਾਂ ਦੇ ਵਿੱਚ ਰੱਖ ਕੇ ਉਸ ਤਰੀਕੇ ਨਾਲ ਜਾਵਾਂਗੇ ਸਾਨੂੰ ਸ਼ਾਇਦ ਥੋੜਾ ਜਿਹਾ ਟਾਈਮ ਲੱਗ ਜੇ ਉਹਦੇ 5-10 ਮਿੰਟ ਲੱਗਣਗੇ ਬੜਾ ਟਾਈਮ ਤਾਂ ਕੀ ਲੱਗਣਾ ਵਧੀਆ ਤਾਂ ਬਾਅਦ ਚੋਂ ਜਦੋਂ ਸਾਰਾ ਇਕੱਠਾ ਹੋ ਹਾਂ ਬਾਰ ਇੱਕ ਵਾਰ ਜਿਹੜਾ ਫ੍ਰਿਜ 'ਚ ਰੱਖਣ ਵਾਲਾ ਸਮਾਨ ਆ ਫ੍ਰਿਜ 'ਚ ਰੱਖ ਦੇ ਮੈਂ ਸੌਸ ਤੇ ਕੈਚਪ ਵਾਲਾ ਡੱਬਾ ਖੋਲ ਕੇ ਰੱਖ ਦਿੰਦਾ ਮੈਨੂੰ ਪਤਾ ਮੈਂ ਪੈਕ ਕੀਤਾ ਮੈਂ ਉਹੀ ਰੱਖਣ ਲੱਗੀ ਸੀਗੀ ਪਹਿਲਾਂ किचन बड़ी सोहनी है हां किचन खुली है मैं वाइड एंगल से दिखाना चूल्हा भी बड़ा वधिया है नवा डिशवाशर भी आ ते इधर फ्रिज पई है साइड ते फ्रिज भी वो वाली आ उपरों खोलदे आ थल्ले ये वधिया रहंदी आ थोड़ी जी थल्ले फ्रीजर हुंदा आ जिहड़ा खराब सोने वाला समान सी फ्रिज वाला समान सी वो सारा फ्रिज दे विच रख दे ये फ्रिज दे विच साडी जिहड़ा शीशियां शुशियां जिहियां सीगियां सॉसां कैचपां ते होर जो भी हुंदा आ बड़ा ज्यादा घंट फिट होया मैनूं इन्ना सैटिस्फाई होया मैं पहला डब्बे दे विच बड़ा वधिया फिट होया इहदे विच बड़ा वधिया फिट होया ते बाकी समान रखता थोड़ा बहुत समान टकाता बड़ा समान टकाए नहीं हैगा हले काफी ज्यादा महंगा वा ते नहीं जी स्टूडेंट ते नहीं हैगा वर्क परमिट ते आ खर्चा तो काफी ज्यादा हो गया ला लो जिदन असीं गए आ उदन 2600 समथिंग सीगा 2658 कमनी शर्ट इन्ने सीगे ते उहदे मतलब कार्ड की पेमेंट उन्नी सीगी उन्हें ज्यादा डेबिट किया तो वह 500-1000 होंगी उन्हें बधवाई नहीं हैगी पेमेंट तो फिर मैं पे किए थे तो करके बचाव हो गया क्योंकि वह हायर होया हुआ कंपनी के हायर होने करके फिर 80% वो जी है इंश्योरेंस भरूगी तो ला लो भी घट्टो घट भी $3000 के करीब खर्चा पैगा बाकी जो आना जाना बंद इन्ना हों ही जो बहरले होंगे इंडिया जाके ट्रीटमेंट करवाते होंगे उदू पहला भी तो होया जो पहला डॉक्टर को गया भी काफी मैं कहना भी उत्थे भी खर्चा आया मतलब भी ला लो भी 3000-3500 इन्ना खर्चा गया बाकी टाइम आने जाने का जो बंद होंगे काम तो छुट्टी लेनी पैंती है अगे इंडिया के जाके करवा लेंगे होंगे सके हम की करे बंदा इंडिया की टिकट बहुत महंगी है अगे जी मैं सपोज 1200 च अप डाउन हो जाता है तो बंदा हिसाब ला भी मेरा $3500 इतने लगना मैं $1200 च अप डाउन करके फिर भी मेरे को पिछले $2000-2500 बचता हूँ इंडिया के खर्चूंगा जिद $1000 भी नहीं $500 च मेरे दंदा का ट्रीटमेंट हो जाएगा $2000 फिर भी बचता मैं इंडिया खर्च लूंगा ना छिटिया छुट्टियां मनाऊंगा सो साडे भी जिन्हें रिश्तेदार ने होर भी सारे इंडिया के ट्रीटमेंट यही कारण करके करवाते होंगे सके सिर्फ वो इतने ट्रीटमेंट करवाते हैं जिन्हें कंपनी फिर इंश्योरेंस उन्होंने 80% है फ्री पे करते वो करते हैं सो दंदा का इतने बहुत ज्यादा अपना ध्यान रखो भी दंदा का बहुत ज्यादा खर्चा तो दर्द जो हल तक बोल नहीं रहा है मतलब कि हम 48 घंटे तो वो हो गया तो वह कुछ खा पी भी नहीं रहा है बहुत ज्यादा क्योंकि चारे कटती ना कट्ठिया तो कई कमेंट आए थे सानू होर भी एक दो ने दसिया भी साड़िया भी चारे ही कटतियां सीगिया तो कहें भी तुम बार बार कटा आएंगे हो तो थोड़ा ज्यादा दर्द होगा एक बार से दर्द सह लो हूँ भी हाँ जी करता वा ने भी चंगी तरह बोलने नहीं लगे लिक्विड टाइप फूड खाता वा तो ज्यादातर पै ही रहा पहले दिन तो इन्ना सी जो तो वापस घर गए अभी बेसमेंट के समान चकन उत्थे थोड़ा मतलब होंगे नहीं चक्कर जहाँ खा के गिरता हों बंद अनकॉन्शियस जहाँ हों उदो भी हो गया क्योंकि हाले तक उन्होंने जो कहते होंगे सुन करने वाला ज बेहोश करने वाला जो होगा वह असर जा रहा होना एक पता की है जो मुंह के पट्टिया जी रख रहे हैं ना बंद माड़ी मोटी जीभ तो उन्हें छाला हो जाए कुछ हो जाए उ सारा दिन बंदा वो जीभ फेरी दुख लगी जाता चुभी जाता फिर
ਉਪਰਲੀਆਂ ਵੀ ਥੱਲੇ ਕਿਸੇ ਪਾਸੇ ਬੰਦਾ ਮੇਰਾ ਬਚ ਨਹੀਂ ਸਕਦਾ ਮੇਰਾ ਤਾਂ ਐਕਸਪੀਰੀਅੰਸ ਆ ਨਾ ਇਹ ਬਹੁਤ ਡਿਫਿਕਲਟ ਹੁੰਦਾ ਬਹੁਤ ਔਖਾ ਜੇ ਮੈਂ ਖਰਾਬ ਵੀ ਨਹੀਂ ਹੈਗਾ ਬੰਦੇ ਨੂੰ ਇੱਕ ਤਾਂ ਹੁੰਦਾ ਬੰਦੇ ਦੇ ਬਾਹਾਂ ਦੇ ਸੱਟ ਲੱਗੀ ਹੈ ਪੱਟੀ ਬੰਨੀ ਨੂੰ ਦੇਖਦੇ ਹੋ ਮੂੰਹ ਦੇ ਅੰਦਰ ਤੇ ਕਿਸੇ ਨੇ ਕਮੈਂਟ ਕੀਤਾ ਸੀ ਕਹਿੰਦੇ ਤੁਸੀਂ ਇੰਨੀ ਛੋਟੀ ਏਜ ਦੇ ਵਿੱਚ ਕਹਿੰਦੇ ਵੀ ਰਿੱਕੀ ਨੇ ਚਾਰ ਦੰਦ ਕਢਵਾ ਲਏ ਤੁਸੀਂ ਪੰਜ ਕਢਵਾ ਲਏ ਕਿਉਂਕਿ ਰਿੱਕੀ ਦੇ ਸੀਗੇ ਜਿਹੜੇ ਉਹ ਅਕਲ ਜਾੜਾ ਸੀਗੀਆਂ ਤੇ ਮੇਰੇ ਟੀਥ ਤਾਂ ਕੱਢਨੇ ਪਏ ਸੀ ਮੇਰੇ ਐਕਸਟਰਾ ਸੀਗੇ ਇੱਕ ਤਾਂ ਦੇਖ ਤੇ ਬ੍ਰੇਸਿਸ ਲੱਗਣੀ ਸੀ ਉਹਦੇ ਕਰਕੇ ਇਹਦੇ ਐਡਜਸਟਮੈਂਟ ਕਰਨ ਲਈ ਉਹ ਜਿਹੜੇ ਹੁੰਦੇ ਨੇ ਫਿਰ ਦੰਦਾਂ ਨੇ ਸਿੱਧੇ ਹੋਣਾ ਸਪੇਸ ਲੈਣੀ ਉਹਦੇ ਕਰਕੇ ਇਹਦੇ ਦੰਦ ਕੱਢਣੇ ਪਏ ਸੀ ਗਿਣਦੇ ਸੀਗੇ ਮੇਰੇ 32 ਦੰਦ ਨੇ ਮੇਰੇ ਲੱਗਦਾ ਸਾਡੇ ਸਾਰੇ ਮੰਮੀ ਡੈਡੀ ਸਾਰਿਆਂ ਦੇ ਸਾਡੇ ਚਾਚੇ ਉਹਨਾਂ ਦੇ ਸਾਡੇ ਟੱਬਰ ਸਾਰਿਆਂ ਦੇ ਮੋਸਟਲੀ 32 ਦੰਦ ਨੇ ਮੈਂ ਕਿਤੇ ਤਾਂ ਮੈਨੂੰ ਗਿਣੇ ਮੈਂ ਹੋ ਸਕਦਾ ਮੈਂ ਗਿਣ ਚ ਗਲਤੀ ਕੀਤੀ ਪਰ ਗਲਤੀ ਵੀ ਇੱਕ ਦੋ 26 ਜਾਂ 27 ਸੀ ਮੈਨੂੰ ਨਿਕਲ ਲੱਗੇ ਤੁਸੀਂ ਜੀ ਮੁਕਸਰ ਜ਼ਿਲ੍ਹੇ ਚ ਜਾਣ ਨਹੀਂ ਨਾ ਲਿਆ ਮੁਕਸਰ ਸਾਹਿਬ ਦਾ ਪਾਣੀ ਦੀ ਪ੍ਰੋਬਲਮ ਆ ਥੋੜੀ ਜੀ ਉਹ ਵੀ ਕਹਿੰਦੇ ਆਮ ਵੀ ਨਾਰਮਲ ਕਈਆਂ ਦੇ 30 ਹੁੰਦੇ ਨੇ ਸਾਰਾ ਕੁਝ ਠੀਕ ਹੁੰਦਾ ਪਰ ਸਾਡੇ ਜਿਵੇਂ ਮੇਰੇ ਮੇਰੇ ਲੱਗਦਾ ਮਨੀ ਦੇ ਡੈਡੀ ਮੰਮੀ ਚਾਚੇ ਸਾਡੇ ਸਾਰਿਆਂ ਦੇ 32-32 ਦੰਦ ਨੇ ਜਿਵੇਂ ਭਗਵੰਤ ਮਾਨ ਕਹਿੰਦਾ ਉਹਨਾਂ ਦਾ 32 ਦੰਦ ਆਣਾ ਵੀ ਮੂੰਹ 'ਚ ਜਿਹੜੀ ਗੱਲ ਕਰਦਾ ਸੱਚ ਆਪਾਂ ਚੱਲਦੇ ਹਾਂ ਜੀ ਅਤੇ ਮੇਨ ਸਾਡਾ ਮੈਟਰਸ ਰਹਿ ਗਿਆ ਜੇ ਗੱਡੀ ਦੇ ਵਿੱਚ ਫਿੱਟ ਹੋ ਗਿਆ ਫਿਰ ਅਸੀਂ ਲੈ ਆਉਣਾ ਵਾ ਜੇ ਫਿੱਟ ਨਾ ਹੋਇਆ ਫਿਰ ਉਹਦਾ ਇੱਕ ਹੋਰ ਇਲਾਜ ਆ ਉਹ ਆਪਾਂ ਕਰਾਂਗੇ ਮੈਂ ਜਿੰਨੇ ਵਾਰ ਵੀ ਏਅਰਪੋਰਟ ਦੇ ਕੋਲੋਂ ਲੰਘਦੀ ਹੈਗੀ ਮੈਂ ਹਰ ਵਾਰੀ ਜਹਾਜ਼ਾਂ ਦੀ ਫੋਟੋ ਬਣਾ ਕੇ ਜਾਂਦੀ ਹਾਂ ਫੋਟੋ ਕਹਿਦਾ ਹੈ ਵੀਡੀਓ ਬਣਾ ਕੇ ਲੈ ਕੇ ਜਾਂਦੀ ਹਾਂ ਜਹਾਜ਼ਾਂ ਨੂੰ ਦੇ ਕੇ ਹਮੇਸ਼ਾ ਆਹੀ ਜਹਾਜ਼ ਨੇ ਉਹਦੇ ਖੜੇ ਹੁੰਦੇ ਕਿਨੇ ਐਕਸਾਈਟਡ ਜਿਹਾ ਜਹਾਜ਼ ਖੜੇ ਜਹਾਜ਼ ਇਹ ਜਾਂਦੇ ਹੀ ਨਹੀਂ ਹੈਗੇ ਕਿਸੇ ਪਾਸੇ ਇਹ ਸ਼ੋਅ ਦੀ ਲਾਈ ਹੋਈ ਹੈ ਮਤਲਬ ਨਹੀਂ ਮੈਨੂੰ ਲੱਗਦਾ ਜੀ ਚੇਂਜ ਹੁੰਦੇ ਆ ਕਲਰ ਚੇਂਜ ਹੁੰਦਾ ਹਾਂ ਜੀ ਅੱਜ ਹੋਰ ਨੇ ਡਿਲੀਵਰੀ ਡਿਲੀਵਰੀ ਕਰਕੇ ਅੱਗੇ ਪਿੱਛੇ ਚੱਲੀ ਜਾਂਦੇ ਆ ਬੱਦਲ ਜਿਹੇ ਹੋ ਜਾਂਦੇ ਨੇ ਵਿੱਚੋਂ ਸੂਰਜ ਦੀਆਂ ਕਿਰਨਾਂ ਜਾਂ ਨਿਕਲਦੀਆਂ ਹੁੰਦੀਆਂ ਨੇ ਉਹ ਬਾਲੀਆਂ ਘੈਂਟ ਲੱਗਦੀਆਂ ਹੁੰਦੀਆਂ ਨੇ ਕਈ ਵਾਰ ਦੇਖਦੀਆਂ ਹੁੰਦੀਆਂ ਨੇ ਕਈ ਵਾਰ ਨਹੀਂ ਦੇਖਦੀਆਂ ਹੈਗੀਆਂ ਪਰ ਸੂਰਜ ਬੱਦਲਾਂ ਦੇ ਪਿੱਛੇ ਕਈਆਂ ਦਿੰਦੇ ਨੇ ਸੂਰਜ ਨੂੰ ਬੱਦਲ ਲੁਕੋ ਲੈਂਦੇ ਨੇ ਪਰ ਮੇਨ ਕਹਾਵਤ ਆ ਵੀ ਕਿੰਨੀ ਕੁ ਦੇਰ ਬੱਦਲ ਲੁਕੋ ਲੈਣਗੇ ਸੂਰਜ ਨੇ ਤਾਂ ਇੱਕ ਦਿਨ ਬਾਹਰ ਨਿਕਲਿਆ ਹੁਣ ਚਮਕਣਾ ਹੀ ਹੈ ਜਿਹੜੀ ਚੀਜ਼ ਨੇ ਚਮਕਣਾ ਰਿੱਕੀ ਵੇਲਾ ਕਹਿੰਦਾ ਸੀਗਾ ਮੈਨੂੰ ਵੀ ਲੈ ਜਾਓ ਕਹਿੰਦਾ ਛੱਡਿਆ ਉਹ ਮੈਂ ਕਿਹਾ ਵੀ ਤੂੰ ਬੈਠਾ ਰਹਿ ਹੁਣ ਵੀ ਹਾਲੇ ਤੂੰ ਇੰਨਾ ਔਖਾ ਗਾ ਵੀ ਤੂੰ ਕੀ ਕਰੇਗਾ ਇੱਕ ਕਿਉਂਕਿ ਮੰਮੀ ਹੋਣੀ ਕਹਿੰਦੇ ਹੁੰਦੇ ਨੇ ਵੀ ਤੜਕਾ ਜਦੋਂ ਮੇਰੀ ਕਢਾਈ ਸੀਗੀ ਅਕਲ ਚਾਰ ਮੰਮੀ ਮੈਨੂੰ ਕੋਲ ਨਹੀਂ ਸੀ ਆਉਣ ਦਿੰਦੇ ਤੜਕਾ ਛਲ ਪੈ ਜਾਂਦਾ ਹਾਂਜੀ ਹਾਂ ਮੰਮੀ ਨੇ ਮੈਂ ਕਿਹਾ ਵੀ ਤੂੰ ਜਾਣ ਮੈਂ ਤੈਨੂੰ ਦਾਲ ਸਬਜ਼ੀ ਬਣਾ ਕੇ ਦੇ ਦੂੰਗੀ ਦਾਲ ਹੀ ਬਣਾ ਕੇ ਦੇਣੀ ਆ ਹਲੇ ਸਬਜ਼ੀ ਤਾਂ ਖਾਣੀ ਨਹੀਂ ਮੈਂ ਕਿਹਾ ਵੇ ਤੂੰ ਆਪਣੀ ਰੱਖ ਲਈ ਕੋਲ ਉਹ 2-4 ਦਿਨ ਖਾ ਲੂੰਗਾ ਤੇ ਜੀ ਆਪਣਾ ਦਿਨ ਸੀਗਾ ਬਹੁਤ ਵਧੀਆ ਰਿਹਾ ਮੂਵਿੰਗ ਆਪਾਂ ਨੇ ਕਾਫੀ ਹੱਦ ਤੱਕ ਕਰਤੀ ਤੇ ਇਹਦੇ ਬਾਅਦ ਵਿੱਚ ਸ਼ਾਮ ਨੂੰ ਸਿੰਘ ਸਾਹਿਬ ਦੇ ਫਰੈਂਡ ਆ ਗਏ ਸੀਗੇ ਕੱਪੜੇ ਵੀ ਧੋਲੇ ਵੱਡੇ ਵੱਡੇ ਕੰਬਲ ਕੰਬਲ ਹਾਂ ਕੱਪੜੇ ਵੀ ਧੋਲੇ ਚਾਦਰਾਂ ਤੇ ਵੀਰੇ ਹੋਣੀ ਆ ਗਏ ਸੀਗੇ ਉਹ ਕਹਿੰਦੇ ਹੁੰਦੇ ਆ ਦਾਣੇ ਦਾਣੇ ਦੇ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਉਹ ਗੱਲ ਹੋ ਗਈ ਜੀ ਚਲੋ ਆਏ ਸੀਗੇ ਪ੍ਰਸ਼ਾਦਾ ਪਾਣੀ ਛੱਕ ਗਏ ਤੇ ਵਧੀਆ ਲੱਗਿਆ ਮਿਲ ਕੇ ਤੇ ਰਿੱਕੀ ਲਈ ਆਪਾਂ ਨੇ ਦਾਲ ਬਣਾਈ ਸੀਗੀ ਮੂੰਗੀ ਦੀ ਤੇ ਆਪਾਂ ਨੇ ਬਣਾਈ ਪਨੀਰ ਭੁਰਜੀ ਰਿੱਕੀ ਦੇਖਦਾ ਸੀਗਾ ਪਨੀਰ ਭੁਰਜੀ ਵੱਲ ਵਾਰ ਆਪਾਂ ਨੇ ਖਾਣ ਨਹੀਂ ਦਿੰਦੀ ਹੈਗੀ ਤੇ ਚਲੋ ਵੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।